ਸਾਰਾ ਹੈ ਇੱਕ ਖੇਲਾ ਵੇਖਿਆ ਜਗਦਾ ਮੇਲਾ ਜੀਵਨ ਸਾਰਾ ਖੇਲਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮਕ ਗਈਏ ਓ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਖੁਸ਼ੀਆਂ ਖੇੜੇ ਸਾਡੇ ਵਿਹੜੇ ਇੱਕ ਵਾਰ ਫਿਰ ਲੈ ਕੇ ਆਏ ਹਾਂ ਤੁਹਾਡੇ ਲਈ ਦੋਸਤੋ ਸਾਡੀ ਕੜੀ ਚੱਲ ਰਹੀ ਹੈ ਇਹ ਨੌਜਵਾਨਾਂ ਦੇ ਉੱਪਰ ਅਤੇ ਉਹਨਾਂ ਨਾਲ ਜੁੜੇ ਹੋਏ ਉਹ ਸਾਰੀ ਸਮੱਸਿਆਵਾਂ ਉਹ ਸਾਰੇ ਸਵਾਲ ਉਹਨਾਂ ਦੇ ਜਵਾਬ ਅਸੀਂ ਇੱਕ ਇੱਕ ਕਰਕੇ ਲੈ ਕੇ ਆ ਰਹੇ ਹਾਂ ਅਤੇ ਉਹਦੇ ਉੱਪਰੋਂ ਅਸੀਂ ਪਰਦਾ ਹਟਾਉਂਦੇ ਜਾ ਰਹੇ ਹਾਂ ਇੱਕ ਕਲੀਅਰਿਟੀ ਮਿਲਣੀ ਸ਼ੁਰੂ ਹੋ ਗਈ ਹੈ ਹੁਣ ਕਿ ਇਸ ਉਮਰ 'ਚ ਜਦੋਂ ਅਸੀਂ ਆਉਂਦੇ ਹਾਂ ਤਾਂ ਕਿੰਨਾ ਕਿੰਨਾ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਸਾਡੇ ਰਿਸ਼ਤੇ ਸਾਨੂੰ ਕਿਵੇਂ ਅੱਛੇ ਕਰਨੇ ਨੇ ਔਰ ਜੋ ਪੁਰਾਣੇ ਰਿਸ਼ਤੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕਿਵੇਂ ਮੇਨਟੇਨ ਕਰਨਾ ਹੈ ਇਹਦੇ ਨਾਲ ਨਾਲ ਸਾਨੂੰ ਕੰਮ ਕਾਜ ਕਿਵੇਂ ਆਪਣੇ ਆਪ ਨੂੰ ਉਤਸ਼ਾਹ ਨਾਲ ਭਰਪੂਰ ਰੱਖਣਾ ਹੈ ਇਹਦੇ ਬਾਰੇ ਵੀ ਅਸੀਂ ਗੱਲ ਕਰ ਚੁੱਕੇ ਹਾਂ ਇੱਕ ਹੋਰ ਪਹਿਲੂ ਅੱਜ ਅਸੀਂ ਲੈ ਕੇ ਆਏ ਹਾਂ ਉਹ ਜੁੜਿਆ ਹੋਇਆ ਹੈ ਸਪਿਰਿਚੁਅਲਿਟੀ ਔਰ ਯੂਥ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਅਧਿਆਤਮਿਕਤਾ ਦੀ ਤਾਂ ਇੱਕ ਅਲੱਗ ਜਿਹੀ ਸੋਚ ਸਾਡੇ ਦਿਮਾਗ 'ਚ ਸ਼ੁਰੂ ਹੋ ਜਾਂਦੀ ਹੈ ਕਿ ਇਸ ਉਮਰ 'ਚ ਅਧਿਆਤਮਿਕਤਾ ਦਾ ਸਾਡੇ ਨਾਲ ਕੀ ਲੈਣਾ ਦੇਣਾ ਹੈ ਅੱਜ ਦੀ ਇਸ ਕੜੀ 'ਚ ਅਸੀਂ ਇਹਦੇ ਉੱਪਰ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਾਈਕੈਟ੍ਰਿਸਟ ਅਵਦੇਸ਼ ਸ਼ਰਮਾ ਜੀ ਅਤੇ ਬ੍ਰਹਮਾ ਕੁਮਾਰੀ ਅਨੀਤਾ ਦੀਦੀ ਜੀ ਤੁਹਾਡਾ ਦੋਵਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਓਮ ਸ਼ਾਂਤੀ ਓਮ ਸ਼ਾਂਤੀ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਯੂਥ ਦੀ ਔਰ ਨੌਜਵਾਨਾਂ ਦੀ ਅਤੇ ਮੌਜ ਮਸਤੀ ਮਨੋਰੰਜਨ ਨਵੇਂ ਰਿਸ਼ਤੇ ਇਹ ਸਭ ਚੀਜ਼ਾਂ ਆਮ ਗੱਲਬਾਤ ਕਰੀਦੀ ਹੈ ਲੇਕਿਨ ਜਦੋਂ ਗੱਲ ਕਰੀਦੀ ਹੈ ਸਪਿਰਿਚੁਅਲਿਟੀ ਦੀ ਤਾਂ ਉਹ ਪਹਿਲੂ ਕਿਤੇ ਨਾ ਕਿਤੇ ਹਰ ਇਨਸਾਨ ਭੁੱਲ ਜਾ ਰਿਹਾ ਕਿਉਂਕਿ ਇਹ ਜੋ ਏਜ ਹੁੰਦੀ ਹੈ ਲੱਗਦਾ ਹੈ ਕਿ ਨਹੀਂ ਇਹ ਸਾਡੀ ਉਮਰ ਨਹੀਂ ਹੈ ਇਸ ਪਾਸੇ ਮੁੜਨ ਦੀ ਔਰ ਪੇਰੈਂਟਸ ਵੀ ਸ਼ਾਇਦ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਇਸ ਪਾਸੇ ਜਾਣ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਸੰਸਾਰਿਕ ਤੌਰ 'ਤੇ ਕਿਤੇ ਸਾਡਾ ਮੁੰਡਾ ਜਾਂ ਸਾਡੇ ਬੱਚੇ ਭਟਕ ਨਾ ਜਾਣ ਇਹ ਕਿੱਥੋਂ ਤੱਕ ਸਹੀ ਹੈ ਦੇਖੋ ਜੇ ਅਸੀਂ ਕਿਸੇ ਵੀ ਬੰਦੇ ਦੀ ਜ਼ਿੰਦਗੀ ਨੂੰ ਦੇਖੀਏ ਉਹਦੇ ਥੋੜ੍ਹੇ ਜਿਹੇ ਅਲੱਗ ਅਲੱਗ ਪਹਿਲੂ ਨੇ ਲੇਕਿਨ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਇੱਕ ਸਾਡਾ ਸਰੀਰ ਹੈ ਜਿਹਦੀ ਕੁਝ ਜ਼ਰੂਰਤਾਂ ਨੇ ਹਾਂਜੀ ਉਹਨੂੰ ਜੇ ਅਸੀਂ ਐਕਸਟ੍ਰੀਮ 'ਚ ਲੈ ਜਾਈਏ ਤਾਂ ਅਸੀਂ ਕੰਪਲੀਟ ਬੋਡੀ ਕੌਨਸ਼ੀਅਸ ਮੈਂ ਹਰ ਸਮੇਂ ਜੇ ਸੋਚਦੀ ਜਾਵਾਂ ਜਾਂ ਸੋਚਦਾ ਜਾਵਾਂ ਕਿ ਮੈਂ ਕਿਹੋ ਜਿਹਾ ਦਿਖਦਾ ਹਾਂ ਮੈਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਨੇ ਕਿਹੜੀ ਬ੍ਰਾਂਡਡ ਚੀਜ਼ਾਂ ਹੋਣ ਮੇਰਾ ਨਾਂ ਕਿੰਨਾ ਉੱਚਾ ਹੈਗਾ ਵਗੈਰਾ ਵਗੈਰਾ ਜਾਂ ਉਹਨੂੰ ਹੀ ਡਿਵੈਲਪ ਕਰਨ ਦੇ ਚੱਕਰ 'ਚ ਅਸੀਂ ਲੱਗੇ ਰਹੀਏ ਉਹ ਜਦੋਂ ਐਕਸਟ੍ਰੀਮ ਹੋ ਜਾਂਦੀ ਹੈ ਤਾਂ ਬਾਕੀ ਜਿਹੜੀਆਂ ਇੰਪੋਰਟੈਂਟ ਡਾਇਮੈਂਸ਼ਨਸ ਉਹ ਘੱਟ ਹੋ ਜਾਂਦੇ ਘੱਟ ਹੋ ਜਾਂਦੇ ਲੇਕਿਨ ਉਹਨੂੰ ਜਿੰਨੀ ਜ਼ਰੂਰਤ ਹੈ ਪੂਰੀ ਤਰ੍ਹਾਂ ਨਾਲ ਹੈਲਦੀ ਰਹਿਣ 'ਚ ਸਵਸਥ ਰਹਿਣ 'ਚ ਵੈਸੇ ਸਵਸਥ ਜਿਹੜਾ ਵਰਡ ਹੈ ਨਾ ਉਹ ਸੰਧੀ ਵਿਛੇਦ ਹੈ ਔਰ ਉਹਦਾ ਮੀਨਿੰਗ ਹੈ ਸਵ ਅਸਥਾ ਯਾਨੀ ਆਪਣੇ ਉੱਪਰ ਆਸਥਾ ਤਾਂ ਜੇ ਮੇਰੀ ਆਪਣੇ ਉੱਪਰ ਆਸਥਾ ਹੈ ਤਾਂ ਮੈਂ ਸਵਸਥ ਹਾਂ ਆਪਣੇ ਉੱਪਰ ਆਸਥਾ ਦਾ ਮਤਲਬ ਇਹ ਹੈ ਕਿ ਮੇਰੇ ਸਰੀਰ ਦੇ ਅੰਦਰ ਜੋ ਛੁਪੀ ਹੋਈ ਸ਼ਕਤੀਆਂ ਨੇ ਕੁਛ ਸ਼ਕਤੀਆਂ ਨੇ ਮਾਨਸਿਕ ਕਿਸ ਤਰ੍ਹਾਂ ਨਾਲ ਮੈਂ ਕੰਸਨਟ੍ਰੇਟ ਕਰਦਾ ਕਿੰਨਾ ਮੇਰੀ ਇੰਟੈਲੀਜੈਂਸ ਹੈ ਮੇਰੇ ਇਮੋਸ਼ਨਸ ਜਿਹੜੇ ਨੇ ਮੇਰੀ ਭਾਵਨਾਵਾਂ ਜਿਹੜੀਆਂ ਨੇ ਉਹ ਮੇਰੇ ਕੰਟਰੋਲ 'ਚ ਹੈ ਜਾਂ ਨਹੀਂ ਮੈਂ ਕਿਸ ਤਰੀਕੇ ਨਾਲ ਜ਼ਿੰਦਗੀ ਨੂੰ ਦੇਖ ਕੇ ਉਹਨੂੰ ਪ੍ਰੋਸੈਸ ਕਰਦਾ ਮੇਰੀ ਕਿੰਨੀ ਡਿਟਰਮੀਨੇਸ਼ਨ ਹੈ ਕਿੰਨੀ ਵਿਲ ਪਾਵਰ ਹੈ ਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਸਰੀਰ ਔਰ ਮਨ ਦੇ ਵਿੱਚ ਉਹਨੂੰ ਚਲਾਉਣ ਵਾਲੀ ਇੱਕ ਹੋਰ ਸ਼ਕਤੀ ਹੈ ਔਰ ਉਹ ਜਿਹੜੀ ਸ਼ਕਤੀ ਹੈਗੀ ਉਹ ਸ਼ਕਤੀ ਹੈ ਕੌਨਸ਼ੀਅਸਨੈਸ ਮੇਰੀ ਆਤਮਿਕ ਸ਼ਕਤੀ ਉਹ ਆਤਮਿਕ ਸ਼ਕਤੀ ਦੇ ਗੁਣਾਂ ਨੂੰ ਵਧਾਉਣ ਦਾ ਨਾਂ ਹੈਗਾ ਸਪਿਰਿਚੁਅਲਿਟੀ ਔਰ ਉਹ ਰੋਜ਼ਮਰਾ ਦੀ ਜ਼ਿੰਦਗੀ 'ਚ ਹੀ ਕੰਮ ਆਉਂਦੇ ਨੇ ਉਹਨੂੰ ਡਿਵੈਲਪ ਕਰਨ ਲਈ ਲੋਕ ਅਲੱਗ ਅਲੱਗ ਤਰੀਕੇ ਢੂੰਡਦੇ ਨੇ ਕੁਛ ਲੋਕ ਇਸ ਪਿੱਛੇ ਜੰਗਲਾਂ 'ਚ ਚਲੇ ਜਾਂਦੇ ਨੇ ਕਿਉਂਕਿ ਤਾਂ ਉਹਨਾਂ ਨੂੰ ਸਰੀਰ ਦਾ ਭਾਨ ਨਹੀਂ ਰਹੇਗਾ ਉਹਨਾਂ ਨੂੰ ਕਿਤੇ ਹੋਰ ਚੀਜ਼ 'ਤੇ ਫੋਕਸ ਨਹੀਂ ਕਰਨਾ ਅਤੇ ਉਹਨਾਂ ਦੇ ਅੰਦਰ ਦੀ ਪਾਵਰਸ ਡਿਵੈਲਪ ਹੋ ਜਾਣਗੀ ਲੇਕਿਨ ਅਸਲੀ ਜਿਹੜਾ ਚੈਲੇਂਜ ਹੈ ਔਰ ਅਸਲੀ ਜਿਹੜੀ ਜ਼ਰੂਰਤ ਹੈ ਉਹ ਇਹ ਹੈ ਕਿ ਮੈਂ ਇਸ ਦੁਨੀਆ 'ਚ ਰਹਿੰਦੇ ਹੋਏ ਸਰੀਰ ਦਾ ਜਿੰਨੀ ਜ਼ਰੂਰਤ ਹੈ ਉਹਨਾਂ ਧਿਆਨ ਰੱਖਦੇ ਹੋਏ ਸਵਸਥ ਰਹਿੰਦੇ ਹੋਏ ਆਪਣੇ ਰਿਸ਼ਤਿਆਂ ਨੂੰ
ਕਿਸ ਤਰੀਕੇ ਨਾਲ ਆਪਣੀ ਆਤਮਿਕ ਸ਼ਕਤੀ ਨਾਲ ਡਿਵੈਲਪ ਕਰੀ ਜਾਵਾਂ। ਪਰ ਜਦੋਂ ਆਪਾਂ ਇਸ ਏਜ 'ਚ ਹੁੰਦੇ ਹਾਂ ਉਦੋਂ ਇਸ ਪਾਸੇ ਆਟੋਮੈਟਿਕ ਹਰ ਕਿਸੇ ਦਾ ਧਿਆਨ ਨਹੀਂ ਜਾਂਦਾ ਹੈ, ਕਿਉਂਕਿ ਕਰੀਅਰ ਪਾਸੇ ਧਿਆਨ ਹੁੰਦਾ ਹੈ, ਨਵੇਂ ਰਿਸ਼ਤੇ ਬਣ ਰਹੇ ਹੁੰਦੇ ਨੇ ਉਹਨਾਂ ਦਾ ਅਟਰੈਕਸ਼ਨ ਹੁੰਦਾ ਹੈ, ਨਵੇਂ ਨਵੇਂ ਜਿਵੇਂ ਤੁਸੀਂ ਕਿਹਾ ਬ੍ਰਾਂਡਸ ਵਗੈਰਾ ਦਾ ਅਟਰੈਕਸ਼ਨ ਹੁੰਦਾ ਹੈ, ਅਤੇ ਸਪਿਰਿਚੁਐਲਿਟੀ ਮੈਨੂੰ ਇਹਨਾਂ ਸਭ ਚੀਜ਼ਾਂ 'ਚ ਕਿਤੇ ਨੀਡ ਨਹੀਂ ਲੱਗ ਰਹੀ ਹੈ। ਕਿਉਂ ਨਹੀਂ ਲੱਗ ਰਹੀ? ਕਿਉਂਕਿ ਅੱਜ ਇਨਸਾਨ ਨੂੰ ਇਹਦੀ ਵੈਲਿਊ ਨਹੀਂ ਸਮਝ ਆ ਰਹੀ ਕਿ ਸਪਿਰਿਚੁਅਲਿਟੀ ਕੋਈ ਇਹੋ ਜਿਹੀ ਚੀਜ਼ ਨਹੀਂ ਕਿ ਓਮ ਜੇ ਜਗਦੀਸ਼ ਹਰੇ ਕਰ ਲਓ ਜਾਂ ਤੁਸੀਂ ਮੰਦਰ 'ਚ ਗੁਰਦੁਆਰੇ 'ਚ ਮੱਥਾ ਟੇਕ ਕੇ ਆਪਣੀ ਮੁਰਾਦ ਮੰਗ ਕੇ ਆ ਜਾਓ ਜਾਂ ਕਿਸੇ ਗੁਰੂ ਜੀ ਦੇ ਚਰਨਾਂ 'ਚ ਜਾ ਕੇ ਬੈਠ ਜਾਓ, ਇੰਨੀ ਗੱਲ ਨੂੰ ਸਪਿਰਿਚੁਅਲਿਟੀ ਨਹੀਂ ਕਹਿੰਦੇ। ਸਪਿਰਿਚੁਅਲਿਟੀ ਇੱਕ ਤਰ੍ਹਾਂ ਦੀ ਐਮਪਾਵਰਮੈਂਟ ਹੈ ਜਿਹੜਾ ਤੁਸੀਂ ਆਪਣੀ ਖੁਸ਼ਹਾਲੀ ਵਾਸਤੇ ਚਾਹੁੰਦੇ ਹੋ। ਤੁਸੀਂ ਜੇ ਦੋ ਬੰਦੇ ਇਕੱਠੇ ਇੱਕ ਘਰ 'ਚ ਰਹਿੰਦੇ ਹੋ, ਦੋ ਚਾਹੇ ਚਾਰ, ਅਤੇ ਇੱਕ ਦੂਜੇ 'ਚ ਫੇਥ ਦੀ ਇੱਛਾ ਹੁੰਦੀ ਹੈ, ਦੂਜਾ ਵਿਸ਼ਵਾਸ ਪਾਤਰ ਨਿਕਲੇ, ਸੱਚਾ ਹੋਵੇ, ਦੂਜਾ ਪੰਕਚੁਅਲ ਹੋਵੇ, ਸਾਹਮਣੇ ਵਾਲਾ ਲਵਿੰਗ ਹੋਵੇ, ਕੇਅਰਿੰਗ ਹੋਵੇ, ਰਿਸਪੈਕਟਫੁੱਲ ਹੋਵੇ, ਇਹ ਵੈਲਿਊਜ਼ ਆਪਾਂ ਡਿਮਾਂਡ ਕਰਦੇ ਹਾਂ ਕਿਸੇ ਵੀ ਰਿਸ਼ਤੇ 'ਚ, ਅਤੇ ਇਹ ਵੈਲਿਊਜ਼ ਸਾਡਾ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਸਿਵਾਏ ਸਪਿਰਿਚੁਅਲਿਟੀ ਦੇ ਨਹੀਂ ਆਉਂਦੀਆਂ। ਅਤੇ ਸਪਿਰਿਚੁਅਲਿਟੀ ਇੱਕ ਤਰ੍ਹਾਂ ਦੀ ਐਮਪਾਵਰਮੈਂਟ ਹੈ। ਤੁਸੀਂ ਆਪਣੀ ਪੋਜ਼ਿਟਿਵ ਐਨਰਜੀ ਨੂੰ ਡਿਟਰਮੀਨੇਸ਼ਨ ਦੇ ਨਾਲ ਆਪਣੇ ਐਕਸ਼ਨ 'ਚ ਯੂਜ਼ ਕਰੋ, ਉਸੇ ਨੂੰ ਆਪਾਂ ਸਪਿਰਿਚੁਅਲਿਟੀ ਕਹਿੰਦੇ ਹਾਂ। ਸਪਿਰਿਚੁਅਲਿਟੀ ਮਤਲਬ ਸਪਿਰਿਟ, ਜਿਹੜੀ ਆਪਣੀ ਰੂਹ ਹੈਗੀ ਹੈ ਉਹਦੇ ਅੰਦਰ ਕੁਝ ਉੱਚੇ ਤੇ ਸੁੱਚੇ ਗੁਣ ਹੁੰਦੇ ਨੇ, ਜਿਹੜੇ ਅੱਜ ਦੀ ਦੁਨੀਆ 'ਚ ਜੇ ਆਪਾਂ ਕਹਿੰਦੇ ਹਾਂ ਕਿ ਇਹੋ ਜਿਹੀ ਲਾਈਫ 'ਚ ਸਪਿਰਿਚੁਅਲਿਟੀ ਦੀ ਨੀਡ ਨਹੀਂ ਨਜ਼ਰ ਆ ਰਹੀ, ਉਹ ਇਸ ਕਰਕੇ ਨਹੀਂ ਨਜ਼ਰ ਆ ਰਹੀ ਕਿਉਂਕਿ ਸਾਡੀ ਚਾਲ ਪੁੱਠੀ ਹੋ ਗਈ ਹੈ। ਕਿੱਦਾਂ ਪੁੱਠੀ ਹੋ ਗਈ ਹੈ? ਇਹ ਸਾਰੀਆਂ ਵੈਲਿਊਜ਼ ਆਪਾਂ ਸਾਹਮਣੇ ਵਾਲੇ ਤੋਂ ਤਾਂ ਡਿਮਾਂਡ ਕਰਦੇ ਹਾਂ, ਆਪਣੇ ਵੱਲੋਂ ਨਹੀਂ ਕਰਨਾ ਚਾਹੁੰਦੇ। ਆਪ ਭਾਵੇਂ ਝੂਠੇ ਹੋਈਏ, ਦੂਜਾ ਸੱਚਾ ਹੋਣਾ ਚਾਹੀਦਾ। ਆਪ ਭਾਵੇਂ ਗੁੱਸੇ ਵਾਲੇ ਹੋਈਏ, ਦੂਜਾ ਬਿਲਕੁਲ ਸ਼ਾਂਤ ਹੋਣਾ ਚਾਹੀਦਾ। ਭਾਈ ਸਾਹਿਬ ਜੇ ਆਪ ਸ਼ਰਾਬੀ ਹੋਵੇ, ਉਹਦੀ ਵਾਈਫ ਡਰਿੰਕ ਕਰਨ ਵਾਲੀ ਨਹੀਂ ਹੋਣੀ ਚਾਹੀਦੀ ਜੀ। ਪਰ ਜੇ ਆਪਾਂ ਗੱਲ ਕਰੀਏ ਕਿ ਜਦੋਂ ਮੈਂ ਕਿਤੇ ਹੋਰ ਅਟਰੈਕਟਡ ਹਾਂ ਔਰ ਮੈਨੂੰ ਪਤਾ ਹੈ ਸਪਿਰਿਚੁਐਲਿਟੀ ਨਾਲ ਮੈਨੂੰ ਇੰਨੇ ਬੈਨੀਫਿਟਸ ਹੈ ਜੋ ਮੈਨੂੰ ਰੋਜ਼ਮਰਰਾ ਦੀ ਜ਼ਿੰਦਗੀ 'ਚ ਹੈਲਪ ਵੀ ਕਰ ਸਕਦੇ ਹੈ, ਮੇਰੀ ਡਿਸੀਜਨ ਮੇਕਿੰਗ ਵੀ ਅੱਛੀ ਕਰ ਸਕਦੇ ਹੈ, ਫਿਰ ਵੀ ਮੈਂ ਇਸ ਪਾਸੇ ਕਿਉਂ ਨਹੀਂ ਜਾ ਰਹੀ ਹਾਂ? ਦੇਖੋ, ਅੱਜ ਦੀ ਜਿਹੜੀ ਭਾਸ਼ਾ ਲੋਕ ਸਮਝਦੇ ਨੇ ਉਹ ਭਾਸ਼ਾ ਹੈਗੀ ਕਿ ਮੈਨੂੰ ਇਸ ਨਾਲ ਇਮੀਡੀਏਟਲੀ ਕੀ ਫਾਇਦਾ ਹੋਣਾ। ਮੈਂ ਅੱਜ ਜੇ ਕੋਈ ਚੀਜ਼ ਖਰੀਦੀ ਉਹਦਾ ਮੈਨੂੰ ਅੱਜ ਦੀ ਡੇਟ 'ਚ ਕੀ ਫਾਇਦਾ ਹੋ ਰਿਹਾ, ਮੈਂ ਕਿਵੇਂ ਯੂਜ਼ ਕਰ ਸਕਦਾ ਜੀ? ਅਸੀਂ ਸਪਿਰਿਚੁਐਲਿਟੀ ਨੂੰ ਇੱਕ ਬਹੁਤ ਉੱਚਾ ਜਿਹਾ ਸਬਜੈਕਟ ਜਾਂ ਤਾਂ ਬਣਾ ਕੇ ਰੱਖਤਾ ਕਿ ਇਹ ਰੋਜ਼ਮਰਰਾ ਦੀ ਜ਼ਿੰਦਗੀ ਤੋਂ ਆਮ ਜਿਹੜੇ ਬੰਦੇ ਨੇ ਉਹਨਾਂ ਤੋਂ ਅਲੱਗ ਹੈਗਾ, ਸਮਝਦੇ ਅਗਲੇ ਜਨਮ ਵਾਸਤੇ ਹੈਗਾ, ਅਗਲੇ ਜਨਮ ਲਈ। ਜਾਂ ਕਈ ਵਾਰ ਪਹਿਲਾਂ ਇੱਕ ਇਹ ਵੀ ਗੱਲ ਹੁੰਦੀ ਸੀ ਨਾ ਕਿ ਸਿਰਫ ਜਾਂ ਤਾਂ ਪੰਡਿਤ ਜੀ ਨੂੰ ਜਾਂ ਮੌਲਾ ਜੀ ਨੂੰ ਜਾਂ ਕਿਸੇ ਬਹੁਤ ਵੱਡੇ ਪੀਰ ਨੂੰ ਇਹ ਗੱਲਾਂ ਪਤਾ ਨੇ। ਨਹੀਂ, ਪਰ ਇਹਦੇ 'ਚ ਇੱਕ ਚੀਜ਼ ਹੋਰ ਆਉਂਦੀ ਹੈ, ਐਂ ਲੱਗਦਾ ਹੈ ਕਿ ਸ਼ਾਇਦ ਸਾਡਾ ਜ਼ਿੰਦਗੀ ਦਾ ਰਸ ਜੋ ਹੈ ਉਹ ਖਤਮ ਹੋ ਜਾਏਗਾ, ਅਸੀਂ ਸਿੰਪਲ ਹੋ ਜਾਵਾਂਗੇ। ਜਿਹੜਾ ਬੰਦਾ ਸਪਿਰਿਚੁਅਲ ਪ੍ਰਿੰਸੀਪਲਸ ਨੂੰ ਜੀ ਰਿਹਾ ਹੈਗਾ ਉਸ ਤੋਂ ਪਹਿਲਾਂ ਪੁੱਛ ਕੇ ਤਾਂ ਦੇਖੇ ਕਿ ਉਹਨੂੰ ਕਿੰਨਾ ਰਸ ਆ ਰਿਹਾ ਹੈਗਾ ਔਰ ਬਿਨਾਂ ਕੋਈ ਖਰਚਾ ਕੀਤੇ ਹੋਏ, ਕਿਉਂਕਿ ਇਹ ਪਾਵਰਸ ਅੰਦਰ ਹੈ ਨਾ, ਬਾਹਰੋਂ ਤਾਂ ਖਰੀਦਣੀਆਂ ਹੀ ਨਹੀਂ ਹੈਗੀਆਂ, ਇਹਨਾਂ ਨੂੰ ਹੀ ਸਿਰਫ ਡਿਵੈਲਪ ਕਰਨਾ। ਅੱਛਾ, ਦੂਜੀ ਗੱਲ ਇਹਦਾ ਫਾਇਦਾ ਜਿਹੜਾ ਹੈਗਾ ਕਿ ਇਹ ਨਾ ਡਿਵੈਲਪ ਹੁੰਦਾ ਹੈ ਅਤੇ ਇਹਦੀ ਬਾਰ ਬਾਰ ਤੁਹਾਨੂੰ ਬ੍ਰਾਂਡ ਚੇਂਜ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਉਸੇ ਨੂੰ ਜਿੰਨਾ ਮਰਜ਼ੀ ਚਾਹੋ ਡਿਵੈਲਪ ਕਰ ਸਕਦੇ। ਪੁਰਾਣਾ ਮਾਡਲ ਹੋ ਗਿਆ, ਇਹ ਵੀ ਸੋਚਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਸੇ ਨੂੰ ਅਥਾਹ ਹੈਗਾ ਜਿੰਨਾ ਕਰ ਸਕਦੇ ਹੋ। ਪਲੱਸ ਇਹ ਜਿਵੇਂ ਓਪਰੇਟਿੰਗ ਸਿਸਟਮ ਕਹਿੰਦੇ ਨੇ ਨਾ ਅੱਜ ਕੱਲ੍ਹ ਦੇ ਕੰਪਿਊਟਰਸ ਦੇ ਵਿੱਚ, ਇਹ ਉਹ ਵਾਲਾ ਓਪਰੇਟਿੰਗ ਸਿਸਟਮ ਹੈ ਜਿਹਦੇ ਨਾਲ ਕਿ ਤੁਸੀਂ ਜ਼ਿੰਦਗੀ ਦੀ ਹਰ ਚੀਜ਼ ਨੂੰ ਅਪਲਾਈ ਕਰ ਸਕਦੇ ਹੋ। ਇਹ ਤੁਸੀਂ ਰਿਸ਼ਤਿਆਂ 'ਤੇ ਵੀ ਅਪਲਾਈ ਕਰ ਸਕਦੇ ਹੋ, ਚਾਹੇ ਉਹ ਘਰ 'ਚ ਹੋਣ, ਚਾਹੇ ਕਰੀਬੀ ਰਿਸ਼ਤੇ ਹੋਣ, ਚਾਹੇ ਆਫਿਸ ਦੇ ਰਿਸ਼ਤੇ ਹੋਣ, ਕੰਮ ਕਰਨ 'ਚ ਵੀ ਅਪਲਾਈ ਕਰ ਸਕਦੇ ਹੋ, ਆਪਣੇ ਆਪ ਨੂੰ ਸੁਖੀ ਕਿਵੇਂ ਰੱਖਣਾ ਹੈ ਇਸ 'ਚ ਵੀ ਅਪਲਾਈ ਕਰ ਸਕਦੇ ਹੋ। ਪਰ ਇਹ ਅਪਲਾਈ ਕਿਵੇਂ ਕਰਨਾ ਹੈ? ਮੰਨ ਲਓ ਕਿ ਲਾਈਫ 'ਚ ਕੁਛ ਇਹੋ ਜਿਹੀ ਚੀਜ਼ ਹੈ ਜੋ ਠੀਕ ਨਹੀਂ ਚੱਲ ਰਹੀ ਹੈ, ਮੈਂ ਅਟਕ ਗਈ ਹਾਂ ਕਿ ਕੋਈ ਡਿਸੀਜਨ ਲੈਣਾ ਹੈ, ਠੀਕ ਨਹੀਂ ਚੱਲ ਰਹੀ ਹੈ, ਥੋੜ੍ਹੀ ਟੈਨਸ਼ਨ ਹੈ, ਅਤੇ ਮੈਨੂੰ ਸਪਿਰਿਚੁਐਲਿਟੀ ਉਸ ਚੀਜ਼ 'ਚ ਕਿਵੇਂ ਹੈਲਪ ਕਰੇਗੀ? ਜਿਵੇਂ ਸਪਿਰਿਚੁਐਲਿਟੀ ਦੇ ਕਈ ਛੋਟੀ ਮੋਟੀਆਂ ਚੀਜ਼ਾਂ ਨੇ, ਵੈਸੇ ਤਾਂ ਬਹੁਤ ਵੱਡਾ ਸਬਜੈਕਟ ਹੈ, ਬਟ ਬੇਸਿਕਲੀ ਮੰਨ ਲਓ ਅਸੀਂ ਇਹ ਸਿੱਖ ਜਾਈਏ ਕਿ ਕੋਈ ਚੀਜ਼ ਹੋ ਗਈ, ਬੀਤੀ ਕੋ ਬੀਤੀ, ਉਸ ਤੋਂ ਬਾਅਦ ਉਹਨੂੰ ਫੁੱਲ ਸਟੋਪ ਲਾਇਆ,
ਤੇ ਉਹ ਪਾਸਟ ਹੈਗਾ ਮੈਂ ਅੱਜ 'ਚ ਜੀਣਾ ਸਿੱਖ ਜਾਵਾਂ ਜਾਂ ਜਿਹੜੀ ਚੀਜ਼ ਹੋਈ ਹੈ ਮੈਨੂੰ ਬਹੁਤ ਵੱਡਾ ਨਾ ਬਣਾਵਾਂ, ਥੋੜ੍ਹਾ ਜਿਹਾ ਸਟੈਪਿੰਗ ਬੈਕ ਜਿਹਨੂੰ ਕਹਿੰਦੇ ਨੇ ਸਾਕਸ਼ੀ ਹੋ ਕੇ ਦੇਖਣਾ ਸ਼ੁਰੂ ਕਰ ਦੇਵਾਂ। ਜਾਂ ਕਿਸੇ ਨੇ ਮੇਰੇ ਨਾਲ ਕੁਛ ਕੀਤਾ ਔਰ ਮੈਨੂੰ ਬਹੁਤ ਬੁਰਾ ਲੱਗਿਆ, ਲੇਕਿਨ ਮੈਂ ਸੋਚਾਂ ਉਹਦਾ ਰੋਲ ਹੈਗਾ, ਮੇਰਾ ਰੋਲ ਨਹੀਂ ਹੈਗਾ, ਉਹ ਆਪਣਾ ਕੰਮ ਕਰ ਰਿਹਾ, ਮੈਂ ਜੇ ਉਹਨੂੰ ਅੰਦਰ ਨਹੀਂ ਲੈਂਦਾ ਤੇ ਮੈਂ ਪਰੇਸ਼ਾਨ ਨਹੀਂ ਹੋਵਾਂ। ਮਤਲਬ ਜੋ ਸਾਡਾ ਥਿੰਕਿੰਗ ਪੈਟਰਨ ਹੈ ਉਹ ਇਹਦੇ ਨਾਲ ਚੇਂਜ ਹੋਣਾ ਸ਼ੁਰੂ ਹੋ ਜਾਂਦਾ, ਸਾਡਾ ਥਿੰਕਿੰਗ ਪੈਟਰਨ ਔਰ ਦੁਨੀਆਂ ਨੂੰ ਦੇਖਣ ਦਾ ਨਜ਼ਰੀਆ ਇਹ ਦੋਨੋਂ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਧੀਰੇ ਧੀਰੇ ਤੁਸੀਂ ਬਾਹਰਲੀ ਚੀਜ਼ਾਂ ਤੋਂ ਘੱਟ ਇਫੈਕਟ ਹੁੰਦੇ ਹੋ ਔਰ ਆਪਣੀ ਪਾਵਰਸ ਨੂੰ ਵਧਾਉਂਦੇ ਹੋ, ਤੇ ਚਾਹੇ ਸਿਚੁਏਸ਼ਨ ਖਰਾਬ ਹੋਏ ਤਾਂ ਵੀ ਤੁਸੀਂ ਉਹਨੂੰ ਪੋਜ਼ਿਟਿਵਲੀ ਦੇਖ ਪਾਉਂਦੇ ਹੋ। ਅੱਛਾ, ਮਤਲਬ ਹੁਣ ਮੈਨੂੰ ਇਹ ਤਾਂ ਸਮਝ ਆ ਰਿਹਾ ਹੈ ਕਿ ਆਪਣੇ ਅੰਦਰ ਦੀ ਪਾਵਰਸ ਨੂੰ ਇੰਪਾਵਰ ਕਰਨਾ ਹੈ ਤੁਸੀਂ, ਤਾਂ ਤੁਹਾਨੂੰ ਸਪਿਰਚੁਐਲਿਟੀ ਇਸ ਸਟੇਜ 'ਚ ਸਪੈਸ਼ਲੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਹੁਣ ਇਹ ਇੰਪਾਵਰਮੈਂਟ ਮੈਂ ਕਿਵੇਂ ਲੈ ਕੇ ਆ ਸਕਦੀ ਹਾਂ ਅੰਦਰ? ਇਹਦੇ ਵਾਸਤੇ ਇੱਕ ਫੇਥ ਕੰਮ ਕਰਦਾ ਹੈ। ਸਪਿਰਚੁਐਲਿਟੀ ਇੱਕ ਬਹੁਤ ਸੋਹਣਾ ਜਿਹਾ ਫੇਥ ਹੈਗਾ ਜਿਹੜਾ ਸਾਨੂੰ ਦੱਸਦਾ ਹੈ ਕਿ ਤੁਹਾਡੇ ਅੰਦਰ ਵੀ ਇੱਕ ਬਹੁਤ ਵੱਡਾ ਸ਼ਕਤੀ ਦਾ ਭੰਡਾਰ ਹੈ ਅਤੇ ਇਸ ਯੂਨੀਵਰਸ ਵਿੱਚ ਵੀ ਬਹੁਤ ਕੁਝ ਪੋਜ਼ਿਟਿਵ ਅਤੇ ਸੁੱਖਾਂ ਭਰਿਆ ਤੁਹਾਡੇ ਕੋਲ ਹੈਗਾ ਹੈ, ਸਿਰਫ ਤੁਸੀਂ ਆਪਣੀ ਅੱਖ ਉਸ ਪੋਜ਼ਿਟਿਵਿਟੀ ਵੱਲ ਰੱਖਣੀ ਹੈ ਤਾਂ ਤੁਸੀਂ ਉਹਨੂੰ ਗੇਨ ਕਰ ਸਕਦੇ ਹੋ। ਅਤੇ ਆਮ ਜਿਹੜਾ ਵਰਲਡਲੀ ਮੈਟਰਸ ਹੁੰਦੇ ਹੈ ਉਹਦੇ 'ਚ ਆਪਾਂ ਪੋਜ਼ਿਟਿਵ ਐਨਰਜੀ ਨੂੰ ਭੁੱਲ ਜਾਂਦੇ ਹਾਂ ਅਤੇ ਕਈ ਵਾਰੀ ਮੈਟਰ ਦੀ ਐਨਰਜੀ ਅਤੇ ਜਾਂ ਫਿਰ ਫੀਅਰ, ਇਨਸਿਕਿਉਰਿਟੀ ਇਹੋ ਜਿਹੀ ਐਨਰਜੀਜ਼ ਡਿਪੈਂਡੈਂਸੀ ਦੇ ਰੂਪ 'ਚ ਆਪਾਂ ਡਿਵੈਲਪ ਕਰ ਲੈਂਦੇ ਹਾਂ। ਅਤੇ ਜਦੋਂ ਆਪਾਂ ਸਪਿਰਿਚੁਅਲਿਟੀ ਦੀ ਗੱਲ ਕਰਦੇ ਹਾਂ ਉਦੋਂ ਆਪਾਂ ਉੱਪਰ ਵਾਲੀ ਸ਼ਕਤੀ 'ਤੇ ਵੀ ਵਿਸ਼ਵਾਸ ਰੱਖਦੇ ਹਾਂ। ਇਹ ਵਿਸ਼ਵਾਸ ਰੱਖਦੇ ਹਾਂ ਕਿ ਸੰਸਾਰ ਦੀ ਸਭ ਤਾਕਤਾਂ ਤੋਂ ਵੱਡੀ ਇੱਕ ਪਰਮ ਸ਼ਕਤੀ ਪਰਮਾਤਮਾ ਦੀ ਤਾਕਤ ਹੈਗੀ ਹੈ ਸਾਡੇ ਨਾਲ, ਉਹ ਸਾਡੇ ਉੱਪਰ ਕੰਮ ਕਰਦੀ ਹੈ, ਉਹ ਸਾਡਾ ਪਿਤਾ ਹੈ, ਉਹ ਸਾਨੂੰ ਪੈਦਾ ਕਰਦਾ ਹੈ, ਉਹ ਸਾਨੂੰ ਪਾਲਦਾ ਹੈ, ਉਹ ਸਾਡੀ ਰੱਖਿਆ ਕਰਦਾ ਹੈ। ਇੱਕ ਉਹਦੀ ਤਾਕਤ 'ਤੇ ਵਿਸ਼ਵਾਸ ਰੱਖਦੇ ਹਾਂ, ਦੂਜਾ ਆਪਣੇ ਅੰਦਰ ਵੀ ਇੱਕ ਜੋਤ ਹੈ ਜਿਹੜੀ ਉਸ ਪਰਮ ਪਿਤਾ ਦੀ ਭੇਜੀ ਹੋਈ ਹੈਗੀ ਹੈ। ਉਹ ਜੋਤ ਵੀ ਉਹਨੇ ਕੋਈ ਖਾਲੀ ਹੱਥੀ ਨਹੀਂ ਭੇਜੀ, ਜਿਹੜੀ ਉਹਦੀ ਔਲਾਦ ਹੈਗੀ ਹੈ, ਆਪਾਂ ਸਾਰੀਆਂ ਰੂਹਾਂ ਉਸੇ ਦੀ ਸੰਤਾਨ ਹੈਗੇ ਹਾਂ। ਅਤੇ ਉਹ ਕਹਿੰਦਾ ਮੈਂ ਕਿਸੇ ਰੂਹ ਨੂੰ ਖਾਲੀ ਹੱਥ ਨਹੀਂ ਭੇਜਿਆ, ਉਹਦੇ ਅੰਦਰ ਬਹੁਤ ਪੋਜ਼ਿਟਿਵ ਐਨਰਜੀ ਫੁੱਲ ਕਰਕੇ ਭੇਜੀ ਹੈ, ਉਹਦੇ ਅੰਦਰ ਇੱਕ ਸੁੱਚਾ ਮਿੱਠਾ ਪਿਆਰ ਭੇਜਿਆ ਹੈ, ਮੈਂ ਸ਼ਾਂਤੀ ਦਾ ਖਜ਼ਾਨਾ ਭੇਜਿਆ ਹੈ, ਅੰਦਰ ਕਈ ਸ਼ਕਤੀਆਂ ਭੇਜੀਆਂ ਨੇ। ਅਤੇ ਜਦੋਂ ਆਪਾਂ ਸਪਿਰਿਚੁਅਲ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ ਉਹਦੇ 'ਚ ਆਪਾਂ ਬਹੁਤ ਸਿੰਪਲ ਪ੍ਰੈਕਟਿਸ ਕਰਦੇ ਹਾਂ, ਇਹ ਕੋਈ ਪੇਚੀਦਾ ਜਿਹਾ ਸਬਜੈਕਟ ਨਹੀਂ ਹੈਗਾ ਹੈ। ਉਹਦੇ 'ਚ ਆਪਾਂ ਫੀਲ ਕਰਦੇ ਹਾਂ ਕਿ ਇਹ ਮਿੱਟੀ ਦੀ ਜਿਹੜੀ ਦੇਹ ਹੈਗੀ ਹੈ ਇਹੀ ਸਭ ਕੁਛ ਨਹੀਂ ਹੁੰਦੀ ਹੈ, ਠੀਕ ਹੈ ਜ਼ਿੰਦਗੀ ਚਲਾਉਣ ਵਾਸਤੇ ਇਹਨੂੰ ਰੋਟੀ ਚਾਹੀਦੀ ਹੈ, ਕੱਪੜਾ ਚਾਹੀਦਾ, ਪੈਸਾ ਚਾਹੀਦਾ, ਮਕਾਨ ਚਾਹੀਦਾ, ਪਰ ਇਹ ਸਭ ਕੁਛ ਨਹੀਂ, ਇੱਕ ਮੀਨ ਹੈਗਾ ਹੈ, ਪਰ ਸਭ ਕੁਛ ਇਹਨੂੰ ਚਲਾਉਣ ਵਾਲੀ ਅੰਦਰ ਦੀ ਤਾਕਤ ਰੂਹ ਹੈ, ਉਹ ਮੈਂ ਵਾਂ। ਮੱਥੇ ਦੇ ਅੰਦਰ ਇੱਕ ਜੋਤ ਜਗਦੀ ਹਾਂ ਜਿਹਦੇ ਅੰਦਰ ਅਨਲਿਮਿਟਿਡ ਐਨਰਜੀ ਹੈ, ਅਤੇ ਆਪਾਂ ਜਦੋਂ ਪ੍ਰੈਕਟਿਸ ਕਰਦੇ ਹਾਂ ਸਪਿਰਿਚੁਅਲਿਟੀ ਦੀ ਤਾਂ ਫੀਲ ਕਰਦੇ ਹਾਂ ਕਿ ਮੈਂ ਜਿਹੜੀ ਰੂਹ ਹਾਂ ਮੇਰੇ ਅੰਦਰ ਅਨਲਿਮਿਟਿਡ ਲਵ ਹੈ, ਮੈਂ ਸਾਰਿਆਂ ਦੀ ਗਲਤੀਆਂ ਮਾਫ਼ ਕਰ ਸਕਦੀ ਹਾਂ, ਮੇਰੇ ਅੰਦਰ ਅਨਲਿਮਿਟਿਡ ਪੀਸ ਹੈ, ਮੈਂ ਅਨਇਫੈਕਟਿਡ ਹੋ ਸਕਦੀ ਹਾਂ ਡਿਸਟਰਬੈਂਸ ਤੋਂ। ਮੈਂ ਫੀਲ ਕਦੋਂ ਕਰਾਂ? ਮਤਲਬ ਮੈਨੂੰ, ਮੈਂ ਜਿਸ ਸਟੇਜ ਥਾਂ ਉਹ ਮੈਂ ਆਲਰੇਡੀ ਬਹੁਤ ਜ਼ਿਆਦਾ ਟੈਨਸ਼ਨ 'ਚ ਹਾਂ, ਮੈਨੂੰ ਕਿਸੇ ਤੋਂ ਜੈਲਸੀ ਫੀਲ ਹੋ ਰਹੀ ਹੈ, ਮੇਰਾ ਕਿਸੇ ਨੇ ਬਹੁਤ ਬੁਰਾ ਕੀਤਾ ਹੈ ਤਾਂ ਮੈਂ ਉਹਦੇ ਨਾਲ ਬਦਲਾ ਲੈਣਾ ਚਾਹੁੰਦੀ ਹਾਂ, ਅਤੇ ਉਹ ਸਭ ਫੀਲਿੰਗਸ ਆਲਰੇਡੀ ਉਸ ਵੇਲੇ ਹੀ ਇਹ ਦਵਾਈ ਯੂਜ਼ ਕਰਨੀ ਹੈ। ਤੁਸੀਂ ਬਹੁਤ ਸੋਹਣਾ ਗਿਆ, ਜਦੋਂ ਜੈਲਸੀ ਹੈ, ਜਦੋਂ ਗੁੱਸਾ ਹੈ, ਜਿਸ ਤਰ੍ਹਾਂ ਜਦੋਂ ਟੈਂਪਰੇਚਰ ਹੋ ਜਾਵੇ, ਜਦੋਂ ਕਿਸੇ ਨੂੰ ਕੈਂਸਰ ਹੋ ਜਾਵੇ, ਜਦੋਂ ਕਿਸੇ ਨੂੰ ਹਾਈ ਬਲੱਡ ਪ੍ਰੈਸ਼ਰ ਹੋ ਜਾਵੇ, ਉਦੋਂ ਹੀ ਡਾਕਟਰ ਅਤੇ ਮੈਡੀਸਨ ਦੀ ਵੈਲਿਊ ਹੁੰਦੀ ਹੈ, ਲੈਣ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਜਦੋਂ ਜੈਲਸੀ ਹੋ ਜਾਵੇ, ਜਦੋਂ ਇਰੀਟੇਸ਼ਨ ਹੋ ਜਾਵੇ, ਉਸ ਵੇਲੇ ਇਹ ਮੈਡੀਟੇਸ਼ਨ ਦੀਆਂ ਪਿਲਸ ਲੈਣੀਆਂ ਹੈ ਆਪਾਂ, ਉਦੋਂ ਹੀ ਉਹਨਾਂ ਲੋਕਾਂ ਨੇ ਹੀ ਪ੍ਰੈਕਟਿਸ ਕਰਨੀ ਹੈ। ਇਹਦੇ ਵਾਸਤੇ ਘਰ ਛੱਡ ਕੇ ਜੰਗਲ ਜਾਣ ਦੀ ਲੋੜ ਨਹੀਂ, ਕੰਮ ਛੱਡ ਕੇ ਬੈਠਣ ਦੀ ਲੋੜ ਨਹੀਂ, ਕੰਮ ਕਰਦੇ ਕਰਦੇ 1 ਮਿੰਟ ਪੌਜ਼ ਓਨਲੀ, ਤੁਸੀਂ 1 ਮਿੰਟ 'ਚ ਵੀ ਇਹ ਪ੍ਰੈਕਟਿਸ ਕਰ ਸਕਦੇ ਹੋ ਕਿ ਮੈਂ ਕੌਣ ਵਾਂ, ਇੰਨਾ ਕੁ ਮਿੱਟੀ ਦਾ ਬੁੱਤ ਨਹੀਂ, ਇਹਦੇ ਅੰਦਰ ਇੱਕ ਐਨਰਜੀ ਪੁਆਇੰਟ ਮੱਥੇ ਦੇ ਅੰਦਰ ਚਮਕ ਰਿਹਾ ਹੈ, ਇਹਦੇ ਵਿੱਚੋਂ ਅਨਲਿਮਿਟਿਡ ਪੀਸਫੁੱਲ ਵਾਈਬ੍ਰੇਸ਼ਨ ਮੇਰੇ ਮੱਥੇ ਤੋਂ ਸਪਰੈਡ ਹੋ ਰਹੇ ਨੇ, ਇਹ ਮੈਂ ਵਾਂ,
ਇੱਕ ਸੋਹਣੀ ਜੀ ਸ਼ਾਂਤ ਪਵਿੱਤਰ ਜੋਤ ਮੇਰੇ ਅੰਦਰ ਪਿਆਰ ਭਰ ਕੇ ਭੇਜਿਆ ਸੀ ਉੱਪਰ ਵਾਲੇ ਨੇ, ਮੈਂ ਸਭ ਨੂੰ ਵੰਡਣਾ ਹੈ, ਕਿਸੇ ਤੋਂ ਮੰਗਣਾ ਨਹੀਂ। ਮੈਂ ਫੀਲ ਕਰਦੀ ਹਾਂ ਮੇਰੇ ਮੱਥੇ ਤੋਂ ਸੋਹਣੀ ਜੀ ਲਾਈਟ ਨਿਕਲ ਕੇ ਜਿਹਦੇ ਤੋਂ ਮੈਨੂੰ ਜੈਲਸੀ ਹੋ ਰਹੀ ਹੈ ਉਹਦੇ 'ਤੇ ਜਾ ਰਹੀ ਹੈ, ਅਤੇ ਅੰਦਰੋਂ ਇੱਕ ਥੋਟ ਭੇਜ ਰਹੀ ਹਾਂ, ਚੱਲ ਤੇਰਾ ਵੀ ਭਲਾ ਹੋਵੇ, ਤੇਰਾ ਵੀ ਮਨ ਸ਼ਾਂਤ ਹੋ ਜਾਵੇ। ਇਹ ਸਿੰਪਲ ਜੀ ਪ੍ਰੈਕਟਿਸ ਕਰਦੇ ਹਾਂ, ਅਸੀਂ ਆਪ ਵੀ ਕਰਦੇ ਹਾਂ, ਭਾਈ ਸਾਹਿਬ ਵੀ ਕਰਦੇ ਹੈ, ਉਹਦੇ ਨਾਲ ਆਪਾਂ ਫੀਲ ਕਰਦੇ ਹਾਂ ਕਿ ਸਾਡੀ ਜਿਹੜੀ ਡੇ ਟੂ ਡੇ ਲਾਈਫ ਹੈ ਉਹ ਹੌਲੀ ਹੌਲੀ ਓਬਸਟੇਕਲ ਫਰੀ ਹੁੰਦੀ ਜਾਂਦੀ ਹੈ। ਚਲੋ ਆਪਾਂ ਤਾਂ ਆਸ਼ਰਮ 'ਤੇ ਰਹਿੰਦੇ ਹਾਂ ਅਤੇ ਸਾਡਾ ਲਾਈਫ ਸਟਾਈਲ ਹੋਰ ਹੁੰਦਾ, ਭਾਈ ਸਾਹਿਬ ਤਾਂ ਆਪਣੀ ਫੈਮਿਲੀ ਲਾਈਫ 'ਚ ਰਹਿੰਦੇ ਨੇ, ਵਰਲਡਲੀ ਲਾਈਫ ਵੀ ਲੀਡ ਕਰਦੇ ਹੈ, ਪੇਸ਼ੈਂਟਸ ਵੀ ਦੇਖਦੇ ਆ, ਬਹੁਤ ਤਰ੍ਹਾਂ ਦੀਆਂ ਭਾਈ ਸਾਹਿਬ ਨੂੰ ਪ੍ਰੋਬਲਮਸ ਵੀ ਆਉਂਦੀਆਂ ਨੇ। ਅਤੇ ਸਿੰਪਲ ਮੈਡੀਟੇਸ਼ਨ ਅਤੇ ਸਪਿਰਿਚੁਅਲ ਪਾਵਰ ਫੀਲ ਕਰਦੇ ਹਾਂ ਕਿ ਸਾਡੇ ਕੰਮਾਂ ਨੂੰ ਆਸਾਨ ਕਰਦਾ ਹੈ, ਇਹਦੇ ਵਾਸਤੇ ਮੌਜ ਮਸਤੀ ਛੱਡਣੀ ਨਹੀਂ ਪੈਂਦੀ। ਇਹਨੂੰ ਆਪਾਂ ਮੈਡੀਟੇਸ਼ਨ ਦੇ ਰਾਹੀਂ ਜਾਂ ਯੋਗ ਦੇ ਰਾਹੀਂ ਇਹਨੂੰ ਆਪਾਂ ਵਧਾ ਸਕਦੇ ਹਾਂ, ਔਰ ਕਿਉਂਕਿ ਜਦੋਂ ਸਪਿਰਿਚੁਐਲਿਟੀ ਦੀ ਗੱਲ ਆਉਂਦੀ ਹੈ ਉਦੋਂ ਮੈਡੀਟੇਸ਼ਨ ਆਈ ਥਿੰਕ ਕਰਨਾ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਸਪਿਰਿਚੁਐਲਿਟੀ ਜ਼ਿਆਦਾਤਰ ਲੋਕ, ਮੈਂ ਜਦੋਂ ਗੱਲ ਕੀਤੀ ਕਰਨਾ ਸ਼ੁਰੂ ਕਰਨੀ ਹੈ ਸਪਿਰਿਚੁਐਲਿਟੀ ਦੀ, ਅਤੇ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਤਾਂ ਰੋਜ਼ ਇੱਕ ਘੰਟਾ ਪੂਜਾ ਵੀ ਕਰਦੇ ਹਾਂ, ਪਾਠ ਵੀ ਕਰਦੇ ਹਾਂ, ਜਾਂ ਕੋਈ ਇਹੋ ਜਿਹੀ ਪ੍ਰੋਬਲਮ ਆ ਗਈ ਤਾਂ ਮੰਦਰ ਵੀ ਜਾਈਦਾ ਆ, ਇਹ ਉਹਦੇ ਨਾਲ ਇਹਦਾ ਕੋਈ ਰਿਲੇਸ਼ਨਸ਼ਿਪ ਨਹੀਂ। ਉਹ ਰਿਲੇਸ਼ਨਸ਼ਿਪ ਜਿਹੜਾ ਹੈਗਾ ਆਪਣੇ ਨਾਲ ਬਣਾਉਣ ਵਾਲਾ ਹੈਗਾ, ਉੱਥੇ ਅਸੀਂ ਜੋ ਵੀ ਕਰਦੇ ਹਾਂ ਉਹ ਬਾਹਰੀ ਕਿਸੇ ਚੀਜ਼ ਲਈ ਕਰਦੇ ਹਾਂ, ਲੇਕਿਨ ਆਪਣੇ ਅੰਦਰ ਨਹੀਂ ਵੜਦੇ ਹਾਂ। ਆਈ ਥਿੰਕ ਇਸ ਚੀਜ਼ ਦੀ ਵੀ ਕਲੀਅਰਿਟੀ ਦਿਮਾਗ 'ਚ ਹੋਣੀ ਜ਼ਰੂਰੀ ਹੈ ਕਿ ਮੈਂ ਜੋ ਚੀਜ਼ ਕਰ ਰਹੀ ਹਾਂ ਉਹ ਕਿਸ ਲਈ ਕਰ ਰਹੀ ਹਾਂ, ਆਪਣੀ ਜੋ ਅੰਦਰ ਦੀ ਐਨਰਜੀਜ਼ ਨੇ ਉਹਨਾਂ ਨੂੰ ਇੰਪਾਵਰ ਕਰਨ ਲਈ ਮੈਂ ਇਹ ਚੀਜ਼ ਕਰ ਰਹੀ ਹਾਂ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਮੈਡੀਟੇਸ਼ਨ ਦੇ ਉੱਪਰ, ਅਤੇ ਹੁਣ ਇਹ ਤਾਂ ਸਮਝ ਆ ਗਿਆ ਕਿ ਮੈਂ ਕਿਉਂ ਕਰਨਾ ਹੈ, ਪਰ ਕਿਵੇਂ ਕਰਨਾ ਹੈ ਇਹ ਵੀ ਇੰਪੋਰਟੈਂਟ ਹੈ। ਜਦੋਂ ਵੀ ਆਪਾਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਅਤੇ ਇਹ ਗੱਲ ਸਾਨੂੰ ਕਲੀਅਰ ਸਮਝ ਲੈਣੀ ਚਾਹੀਦੀ ਹੈ ਕਿ ਕੁਝ ਜਿਹੜੇ ਆਪਾਂ ਰਿਚੁਅਲਸ ਕਰ ਰਹੇ ਹਾਂ ਮੈਡੀਟੇਸ਼ਨ ਉਹ ਤੋਂ ਇੱਕ ਵੱਖਰੀ ਜਿਹੀ ਚੀਜ਼ ਹੈ। ਰਿਚੁਅਲ ਕਰਦੇ ਕਰਦੇ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਆਪਾਂ ਮੰਦਰ ਮੱਥਾ ਟੇਕ ਆਈਏ, ਗੁਰਦੁਆਰੇ ਪ੍ਰਸਾਦ ਚੜ੍ਹਾਈਏ ਅਤੇ ਰੱਬ ਤੋਂ ਆਪਣੀ ਮੰਨਤ ਮਨਾ ਲਈਏ ਕਿ ਇਹ ਗੱਲ ਆਪਾਂ ਸੁਣਾ ਕੇ ਆਵਾਂਗੇ, ਸਾਨੂੰ ਬੱਚਾ ਚਾਹੀਦਾ, ਸਾਨੂੰ ਪੈਸਾ ਚਾਹੀਦਾ, ਸਾਡਾ ਇਹ ਕੰਮ ਕਰਾ ਦਿਓ ਅਤੇ ਵਾਹਿਗੁਰੂ ਸਾਡਾ ਕੰਮ ਕਰਾ ਦੇਵੇਗਾ। ਅਸਲ 'ਚ ਇਹ ਇੱਕ ਤਰੀਕਾ ਹੈ ਜਿਹਦੇ ਨਾਲ ਆਪਾਂ ਬਾਹਰ ਦੀ ਦੁਨੀਆ ਨਾਲ ਹੀ ਜੁੜੇ ਰਹਿੰਦੇ ਹਾਂ ਜੀ, ਆਪਣੀਆਂ ਮੁਰਾਦਾਂ ਨਾਲ ਜੁੜੇ ਰਹਿੰਦੇ ਹਾਂ ਜਾਂ ਕਿਸੇ ਬਾਹਰੀ ਐਕਟੀਵਿਟੀ ਨਾਲ ਜੁੜੇ ਰਹਿੰਦੇ ਹਾਂ, ਜਾਂ ਫਿਰ ਆਪਾਂ ਕਿਸੇ ਫੇਥ ਅਤੇ ਰਿਲੀਜਨ ਨੂੰ ਹੀ ਪਰਮਾਤਮਾ ਨੂੰ ਮੰਨਣਾ ਸਮਝ ਲੈਂਦੇ ਹਾਂ ਜਾਂ ਫਿਰ ਸਪਿਰਿਚੁਅਲਿਟੀ ਸਮਝ ਲੈਂਦੇ ਹਾਂ। ਅਸਲ 'ਚ ਸਪਿਰਿਚੁਅਲਿਟੀ ਕਿਸੇ ਕਲਰ, ਕਾਸਟ, ਰਿਲੀਜਨ ਜਾਂ ਕਿਸੇ ਵੀ ਤਰ੍ਹਾਂ ਦੇ ਰਿਚੁਅਲ ਨਾਲ ਲਿੰਕ ਨਹੀਂ ਹੈ ਇਹਦਾ, ਇਹ ਸਭ ਗੱਲਾਂ ਤੋਂ ਉੱਪਰ ਉੱਠ ਕੇ ਇੱਕ ਯੂਨੀਵਰਸਲ ਗੱਲ ਹੈਗੀ ਹੈ। ਯੂਨੀਵਰਸਲ ਫੇਥ ਕੀ ਕਹਿੰਦਾ ਹੈ, ਤੁਸੀਂ ਹੋਵੋ ਜਾਂ ਮੈਂ ਹੋਵਾਂ ਜਾਂ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ, ਸਭ ਦੇ ਮਿੱਟੀ ਦੇ ਬੁੱਤਾਂ ਦੇ ਅੰਦਰ ਇੱਕ ਰੂਹ ਵੱਸਦੀ ਹੈ, ਇਹ ਯੂਨੀਵਰਸਲ ਫੈਕਟ ਹੈਗਾ ਹੈ। ਜਿਹੜੀ ਜੋਤ ਕਹਿ ਲਓ, ਆਤਮਾ ਕਹਿ ਲਓ, ਪ੍ਰਾਣ ਕਹਿ ਲਓ, ਇੱਕ ਫੇਥ ਮੈਡੀਟੇਸ਼ਨ ਵਾਸਤੇ ਆਪਾਂ ਰੱਖਦੇ ਹਾਂ ਕਿ ਇਹ ਮਿੱਟੀ ਦੇ ਸਰੀਰ ਦੇ ਅੰਦਰ ਇਹਨੂੰ ਚਲਾਉਣ ਵਾਲੀ ਇੱਕ ਜੋਤ ਹੈਗੀ ਹੈ ਅਤੇ ਇੱਕ ਇਹਦਾ ਮਾਲਿਕ ਹੈਗਾ ਹੈ, ਉਹਨੂੰ ਰੱਬ ਕਹਿ ਦਿਓ, ਵਾਹਿਗੁਰੂ ਕਹਿ ਦਿਓ, ਗੋਡ ਕਹਿ ਦਿਓ, ਉਹ ਵੀ ਸਾਰੇ ਧਰਮਾਂ ਤੋਂ ਉੱਪਰ ਹੈਗਾ। ਅਤੇ ਸਪਿਰਿਚੁਅਲਿਟੀ ਅਲੱਗ ਚੀਜ਼ ਹੈ, ਰਿਲੀਜਨ ਅਲੱਗ ਚੀਜ਼ ਹੈ। ਰਿਲੀਜਨ ਕਹਿੰਦਾ ਹੈ ਕਿ ਸਾਡੇ ਰੱਬ ਵੰਡੇ ਹੋਏ ਨੇ, ਕਿਸੇ ਦਾ ਰੱਬ ਤੇ ਗੁਰੂ ਨਾਨਕ ਦੇਵ ਜੀ ਹੈ, ਕਿਸੇ ਦਾ ਰੱਬ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਹੈ, ਕਿਸੇ ਦਾ ਰੱਬ ਕਨਫਿਊਜ਼ਨ ਹੈ ਨਾ, ਕਿਉਂਕਿ ਯੂਥ ਜ਼ਿਆਦਾਤਰ ਕੀ ਹੈ ਅੱਜ ਕੱਲ ਯੂਥ ਨੂੰ ਵੀ ਬਹੁਤ ਜ਼ਿਆਦਾ ਇਸ ਚੀਜ਼ ਤੇ ਡਗਮਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਭ੍ਰਮਿਤ ਕੀਤਾ ਜਾ ਰਿਹਾ ਹੈ ਇਸ ਚੀਜ਼ ਦੇ ਉੱਪਰ। ਇਸ ਕਨਫਿਊਜ਼ਨ 'ਚ ਜਾਣ ਦੀ ਕੋਈ ਲੋੜ ਹੀ ਨਹੀਂ ਹੈਗੀ ਹੈ। ਸਪਿਰਿਚੁਅਲਿਟੀ ਕਹਿੰਦੀ ਹੈ ਕਿ ਰੱਬ ਦੇ ਨਾਂ ਤੇ ਡਿਫਰੈਂਸਿਸ ਹੁੰਦੇ ਨਹੀਂ, ਕਿਉਂਕਿ ਰੱਬ ਕਿਸੇ ਦਾ ਵੰਡਿਆ ਹੋਇਆ ਨਹੀਂ ਹੈ। ਜਦੋਂ ਇਨਸਾਨ ਰੱਬ ਤੋਂ ਦੂਰ ਜਾਂਦਾ ਹੈ ਉਦੋਂ ਇਹ ਡਿਫਰੈਂਸਿਸ ਉਹਨੂੰ ਮੈਟਰ ਕਰਦੇ ਹੈ ਕਿ ਰੱਬ ਇਹਨੂੰ ਕਹੀਏ ਕਿ ਉਹਨੂੰ ਕਹੀਏ, ਜਿਹਨੂੰ ਸਾਰਿਆਂ ਨੇ ਮੰਨਿਆ ਹੈ, ਉਸ ਪਰਮ ਜੋਤ ਨੂੰ ਜਿਹੜਾ ਰੂਹ ਵਰਗਾ ਹੀ ਹੈਗਾ ਹੈ, ਸਭ ਨੇ ਮੰਨਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਉਂਗਲੀ ਉੱਪਰ ਕਰਕੇ ਇੱਕ ਓਂਕਾਰ ਕਿਹਾ ਹੈ ਕਿ ਮੇਰੇ ਤੋਂ ਵੀ ਵੱਡੀ ਸ਼ਕਤੀ ਹੈਗੀ ਹੈ। ਕਿ ਹੁਣ ਇਹ ਤਾਂ ਸਮਝ ਆ ਗਿਆ ਕਿ ਮੈਡੀਟੇਸ਼ਨ ਕਿਉਂ ਕਰਨਾ ਹੈ, ਲੇਕਿਨ ਹੁਣ ਇਹਦੀ ਪ੍ਰੈਕਟਿਸ ਕਿਵੇਂ ਕਰਨੀ ਹੈ, ਇਹਨੂੰ ਜੇ ਮੈਂ ਕਰਨਾ ਚਾਹੁੰਦੀ ਹਾਂ ਤਾਂ ਕਿਵੇਂ ਡੇਲੀ ਲਾਈਫ 'ਚ ਇਹਨੂੰ ਲੈ ਕੇ ਆ ਸਕਦੀ ਹਾਂ? ਬਹੁਤ ਸਿੰਪਲ ਜਿਹੀ ਗੱਲ ਹੈ, ਆਪਣੀ ਜ਼ਿੰਦਗੀ ਨੂੰ ਆਸਾਨ ਕਰਨ ਵਾਸਤੇ
ਕੁਝ ਟਾਈਮ ਥੋੜਾ ਜਿਹਾ ਸ਼ੁਰੂ ਸਪੇਅਰ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਸਾਇਲੈਂਸ 'ਚ ਇਕਾਂਤ ਜਗ੍ਹਾ 'ਚ ਬਿਠਾ ਕੇ ਅਤੇ ਆਪਣੇ ਆਪ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਦਾ ਫਾਈਨਲ ਟਰੁੱਥ ਕੀ ਹੈ। ਫਾਈਨਲ ਟਰੁੱਥ ਇਹ ਹੈ ਕਿ ਮੈਨੂੰ ਸੁੱਖ ਸ਼ਾਂਤੀ ਚਾਹੀਦੀ ਹੈ। ਉਹ ਕਿਤੋਂ ਮਿਲਣੀ ਹੈ? ਇਹ ਵੀ ਫਾਈਨਲ ਟਰੁੱਥ ਹੈ ਕਿ ਦੁਨੀਆ ਤੋਂ ਜਾਂ ਤਾਂ ਮਿਲਦੀ ਨਹੀਂ, ਮਿਲਦੀ ਹੈ ਤਾਂ ਟੈਂਪਰੇਰੀ ਜਾਂ ਝੂਠੀ, ਕਿਉਂਕਿ ਦੇਣ ਵਾਲਿਆਂ ਕੋਲ ਵੀ ਪੂਰੀ ਹੈਗੀ ਨਹੀਂ। ਇਸ ਕਰਕੇ ਸੁੱਖ ਸ਼ਾਂਤੀ ਦਾ ਮੈਂ ਸੋਰਸ ਦੇਖਦੀ ਹਾਂ, ਉਹ ਹੈ ਪਰਮ ਪਿਤਾ ਪਰਮਾਤਮਾ, ਅਤੇ ਉਸ ਸੋਰਸ ਕੋਲ ਮੈਂ ਸੁੱਖ ਸ਼ਾਂਤੀ ਲੈ ਕੇ ਦੁਨੀਆਂ ਨੂੰ ਦੇਣੀ ਹੈ, ਦੁਨੀਆਂ ਤੋਂ ਮੰਗਣੀ ਨਹੀਂ। ਉਹਦੇ ਵਾਸਤੇ ਆਪਾਂ ਦੋ ਫੇਥਫੁੱਲ ਥੋਟ ਕ੍ਰੀਏਟ ਕਰਦੇ ਹਾਂ। ਪਹਿਲਾ ਫੇਥਫੁੱਲ ਥੋਟ ਇਹ ਕ੍ਰੀਏਟ ਕਰਦੇ ਹਾਂ ਕਿ ਮੈਂ ਜਿਹੜੀ ਰੂਹ ਹੈਗੀ ਹਾਂ, ਮੈਂ ਪੀਸ ਪਰਸੋਨੀਫਾਈਡ ਹੈਗੀ ਹਾਂ, ਮੀਨਸ ਸ਼ਾਂਤੀ ਅਤੇ ਪਿਆਰ ਅਤੇ ਖੁਸ਼ੀ ਮੇਰੀ ਆਪਣੀ ਪ੍ਰੋਪਰਟੀ ਹੈਗੀ ਹੈ, ਕਿਤੋਂ ਲੈਣ ਜਾਣ ਦੀ ਲੋੜ ਨਹੀਂ। ਇਹ ਜਦੋਂ ਆਪਾਂ ਫੇਥ ਦਾ ਥੋਟ ਕ੍ਰੀਏਟ ਕਰਦੇ ਹਾਂ ਅਤੇ ਉਹਦੇ ਨਾਲ ਆਪਾਂ ਉਸਨੂੰ ਜਨਰੇਟ ਕਰਦੇ ਹਾਂ। ਜਿਸ ਤਰ੍ਹਾਂ ਮੈਂ ਥੋਟ ਕਰਾਂ ਬੈਠ ਕੇ ਕਿ ਮੈਂ ਮੱਥੇ 'ਚ ਚਮਕਦੀ ਇੱਕ ਰੂਹ ਸ਼ਾਂਤੀ ਨਾਲ ਭਰੀ ਹੋਈ ਹਾਂ, ਮੈਥੋਂ ਸ਼ਾਂਤੀ ਦੀ ਰੇਜ਼ ਨਿਕਲ ਨਿਕਲ ਕੇ ਚਾਰੋਂ ਪਾਸੇ ਫੈਲ ਰਹੀਆਂ ਨੇ। ਜੇ ਥੋਟ ਕਰਦੇ ਹੀ ਸ਼ਾਂਤੀ ਜਨਰੇਟ ਹੋ ਕੇ ਪੂਰੀ ਦੇਹ ਦੇ ਅੰਦਰ ਫੈਲਣ ਲੱਗ ਜਾਂਦੀ ਹੈ। ਜੇ ਮੈਂ ਥੋਟ ਕਰਦੀ ਹਾਂ ਮੈਂ ਬਹੁਤ ਗੁੱਸੇ ਵਾਲੀ ਹਾਂ ਤਾਂ ਗੁੱਸਾ ਡਿਵੈਲਪ ਹੋ ਜਾਂਦਾ ਹੈ। ਜੇ ਮੈਂ ਥੋਟ ਕਰਦੀ ਹਾਂ ਕਿ ਇਹ ਫਾਈਨਲ ਟਰੁੱਥ ਹੈ ਕਿ ਮੱਥੇ ਦੇ ਅੰਦਰ ਜਿਹੜੀ ਰੂਹ ਪਰਮਾਤਮਾ ਨੇ ਭੇਜੀ ਹੈ ਉਹ ਫੁੱਲ ਆਫ ਪੀਸ ਪਿਓਰਿਟੀ ਐਂਡ ਹੈਪੀਨੈਸ ਹੈਗੀ ਹੈ ਅਤੇ ਉਹਨੂੰ ਆਪਾਂ ਫੀਲ ਕਰ ਸਕਦੇ ਹਾਂ। ਹਰ ਥੋਟ ਨਾਲ ਫੀਲਿੰਗ ਜੁੜੀ ਹੁੰਦੀ ਹੈ ਅਤੇ ਪਹਿਲਾ ਥੋਟ ਫੇਥਫੁੱਲ ਇਹ ਕਰਨਾ ਹੈ ਕਿ ਪੀਸ ਹੈਪੀਨੈਸ ਐਂਡ ਪਿਓਰਿਟੀ ਮੇਰੇ ਅੰਦਰ ਵੱਸਦੀ ਹੈ, ਅੰਦਰ ਵੀ ਕਿਤੇ ਮੱਥੇ ਦੇ ਅੰਦਰ ਰੂਹ ਰਹਿੰਦੀ ਹੈ, ਪੁਆਇੰਟ ਆਫ ਲਾਈਟ, ਉਤੋਂ ਪੀਸਫੁੱਲ ਪਿਓਰ ਰੇਜ਼ ਨਿਕਲ ਨਿਕਲ ਕੇ ਪੂਰੇ ਬ੍ਰੇਨ ਦੇ ਅੰਦਰ ਜਾ ਰਹੀਆਂ ਨੇ। ਇਹ ਮੈਂ ਵਾਂ ਸ਼ਾਂਤੀ ਦੀ ਮਾਲਿਕ, ਸ਼ਾਂਤੀ ਨੂੰ ਸਪਰੈਡ ਕਰ ਰਹੀ ਹਾਂ, ਵਿਜ਼ਨ ਵੀ ਦੇਖ ਰਹੀ ਹਾਂ। ਨਾਲੇ ਮੇਰਾ ਪਿਤਾ ਉਹ ਪਰਮ ਸ਼ਕਤੀ ਹੈ ਜਿਹੜਾ ਉੱਪਰ ਰਹਿੰਦਾ ਹੈ ਨੀਲੇ ਆਸਮਾਨ ਤੋਂ ਉੱਪਰ, ਉਹ ਇੱਕ ਜੋਤ ਵਰਗਾ ਹੈ, ਉਹਤੋਂ ਵੀ ਸੁੱਖ ਸ਼ਾਂਤੀ ਦਾ ਇੱਕ ਫਾਊਂਟੇਨ ਨਿਕਲਦਾ ਹੈ, ਮੇਰੇ ਉੱਪਰ ਆਉਂਦਾ ਹੈ, ਮੇਰੇ ਅੰਦਰ ਸਮਾ ਜਾਂਦਾ ਹੈ ਅਤੇ ਮੈਂ ਫੇਥਫੁੱਲ ਥੋਟ ਕ੍ਰੀਏਟ ਕਰਦੀ ਹਾਂ। ਉਹ ਪਰਮ ਪਿਤਾ, ਤੁਸੀਂ ਮੇਰੇ ਪਿਤਾ, ਤੁਸੀਂ ਸੁੱਖ ਸ਼ਾਂਤੀ ਦੇ ਭੰਡਾਰ, ਮੈਂ ਤੁਹਾਡਾ ਬੱਚਾ, ਸੁੱਖ ਸ਼ਾਂਤੀ ਦਾ ਮੰਗਤਾ ਕਿੱਦਾਂ ਹੋ ਸਕਦਾ ਹਾਂ? ਤੁਸੀਂ ਮੇਰੇ ਰਹਿਬਰ, ਮੈਨੂੰ ਦੇਖ ਰਹੇ ਹੋ, ਤੁਹਾਡੇ ਤੋਂ ਸ਼ਾਂਤੀ ਅਤੇ ਪਿਆਰ ਦਾ ਇੱਕ ਫੁਵਾਰਾ ਫੁੱਟ ਫੁੱਟ ਕੇ ਮੇਰੇ ਉੱਪਰ ਆ ਰਿਹਾ ਹੈ, ਮੇਰੇ ਅੰਦਰ ਸਮਾ ਰਿਹਾ ਹੈ। ਪੂਰੇ ਪੋਜ਼ਿਟਿਵ ਥੌਟਸ ਜਿੰਨੇ ਜ਼ਿਆਦਾ ਦੇ ਸਕਦੇ ਹੋ ਓਨੇ ਦਿਓ, ਓਨੇ ਜ਼ਿਆਦਾ ਆਟੋ ਸਜੈਸ਼ਨਸ। ਇਹ ਸਜੈਸ਼ਨਸ ਬਹੁਤ ਕੰਮ ਕਰਦੀਆਂ ਹੈ, ਐਕਸਪੀਰੀਅੰਸ ਨਾਲ ਕਹੀ ਹੋਈ ਗੱਲ ਹੈਗੀ ਹੈ ਜੀ। ਇਹ ਤਾਂ ਫੀਲ ਕਰਨ ਵਾਲੀ ਗੱਲ ਹੈ, ਸਾਨੂੰ ਸੁਣ ਕੇ ਹੀ ਇੰਨਾ ਪੋਜ਼ਿਟਿਵ ਫੀਲ ਹੋ ਰਿਹਾ ਹੈ ਅਤੇ ਜਦੋਂ ਅਸੀਂ ਮੈਡੀਟੇਸ਼ਨ 'ਚ ਬੈਠ ਕੇ ਇਹ ਮਹਿਸੂਸ ਕਰਾਂਗੇ ਔਰ ਅਨੁਭਵ ਕਰਾਂਗੇ ਤਾਂ ਉਹ ਤਾਂ ਐਕਸਪੀਰੀਅੰਸ ਹੀ ਬਹੁਤ ਅਲੱਗ ਹੋਏਗਾ। ਅੱਜ ਦੀ ਜਿੰਨੀ ਵੀ ਗੱਲਬਾਤ ਹੋਈ ਉਹਦੇ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਇੱਕ ਚੀਜ਼ ਤਾਂ ਕਲੀਅਰ ਹੋ ਗਈ ਹੈ ਕਿ ਜੋ ਸਪਿਰਚੁਐਲਿਟੀ ਹੈ, ਅਧਿਆਤਮਿਕਤਾ ਹੈ, ਇਹਦਾ ਸਾਡੀ ਉਮਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਨੂੰ ਸਪਿਰਚੁਐਲਿਟੀ ਆਪਣੇ ਜੀਵਨ 'ਚ ਪ੍ਰੈਕਟਿਸ ਕਰਨ ਦੀ ਲੋੜ ਹੈ ਕਿਉਂਕਿ ਅੱਜ ਦੀ ਇਹ ਮੰਗ ਹੋ ਗਈ ਹੈ, ਅੱਜ ਦੀ ਇਹ ਨੀਡ ਹੋ ਗਈ ਹੈ। ਸਾਡੇ ਅੰਦਰ ਜੋ ਬਹੁਤ ਜ਼ਿਆਦਾ ਗਿਰਾਵਟ ਆਉਂਦੀ ਜਾ ਰਹੀ ਹੈ, ਸਾਡਾ ਜੋ ਥੋਟ ਲੈਵਲ ਜਿਹਦੇ ਕਾਰਨ ਸਾਡੇ ਰਿਸ਼ਤੇ ਵੀ ਖਰਾਬ ਹੋ ਰਹੇ ਨੇ ਔਰ ਸਾਡਾ ਆਪਣਾ ਸਰੀਰ ਜੋ ਹੈ ਉਹ ਵੀ ਖਰਾਬ ਹੁੰਦਾ ਜਾ ਰਿਹਾ ਹੈ, ਉਹਨੂੰ ਠੀਕ ਕਰਨ ਲਈ ਸਾਨੂੰ ਸਪਿਰਚੁਐਲਿਟੀ ਨੂੰ ਅਪਣਾਉਣਾ ਪਏਗਾ। ਔਰ ਜਦੋਂ ਸਾਡਾ ਯੂਥ ਇਸ ਪਾਸੇ ਜਾਏਗਾ ਤਾਂ ਆਟੋਮੈਟਿਕ ਬਹੁਤ ਸਾਰੀ ਸਮੱਸਿਆਵਾਂ ਦਾ ਹੱਲ ਆਪਣੇ ਆਪ ਠੀਕ ਹੋ ਜਾਵੇਗਾ। ਦੇਸ਼ 'ਚ ਉਹ ਬਹੁਤ ਸਾਰੀਆਂ ਚੀਜ਼ਾਂ ਜੋ ਹੋ ਰਹੀਆਂ ਨੇ, ਕਰਪਸ਼ਨ ਹੋ ਗਿਆ ਜਾਂ ਆਪਸ 'ਚ ਜੋ ਰਿਲੇਸ਼ਨਸ਼ਿਪਸ ਖਰਾਬ ਹੋ ਰਹੇ ਨੇ, ਉਹਨਾਂ ਦਾ ਵੀ ਹੱਲ ਆਪਣੇ ਆਪ ਮਿਲ ਜਾਏਗਾ ਕਿਉਂਕਿ ਸਪਿਰਚੁਐਲਿਟੀ ਦਾ ਮਤਲਬ ਹੈ ਆਪਣੇ ਆਪ ਨੂੰ ਇੰਪਾਵਰ ਕਰਨਾ, ਆਪਣੇ ਅੰਦਰ ਪੋਜ਼ਿਟਿਵ ਐਨਰਜੀ ਨੂੰ ਭਰਨਾ। ਫਿਰ ਮਿਲਾਂਗੇ ਅਗਲੀ ਕੜੀ 'ਚ। ਓਮ ਸ਼ਾਂਤੀ।
अपने सुझाव देने ते वधेरे जानकारी लई तुसी संपर्क कर सकते हो गॉडलीवुड स्टूडियो शांतिवन मोबाइल नंबर 80994934 ईमेल punjabi.gws@gmail.com